ਸਤਿਕਾਰ ਜੀ ਸਾਰਿਆਂ ਨੂੰ, ਕਿੱਦਾਂ ਕੀ ਹਾਲ ਚਾਲ? ਸਭ ਠੀਕ ਠਾਕ ਉਮੀਦ ਕਰਦੇ ਹਾਂ, ਸਾਰੇ ਠੀਕ ਠਾਕ ਹੋਣਗੇ ਅਤੇ ਠੀਕ ਠਾਕ ਹੋਣੇ ਚਾਹੀਦੇ, ਸਭ ਠੀਕ ਠਾਕ ਹੀ ਹੋਣੇ ਚਾਹੀਦੇ ਹਾਂ ਅਤੇ ਅਸੀਂ ਵੀ ਠੀਕ ਠਾਕ ਹਾਂ। ਵਾਧੋ ਵਾਧ ਰਾਜਸਥਾਨ 'ਚ ਪਹੁੰਚ ਗਏ ਹਾਂ, ਚੂਰੂ ਰਹਿ ਗਿਆ 64 ਕਿਲੋਮੀਟਰ, ਮੈਂ ਚੰਗੀ ਤਰ੍ਹਾਂ ਦੇਖਿਆ ਅਤੇ ਅੱਗੇ ਅੱਗੇ ਗੱਡੀ ਜਾ ਰਹੀ ਆ, ਬੰਦਾ ਜਾਣਕਾਰੀ ਆ ਬਣਵਾਵਾਂਗੇ ਤੁਹਾਨੂੰ ਇਹਦੇ ਨਾਲ ਵੀ। ਪਿਛਲੇ ਵਲੋਗ 'ਚ ਤੁਹਾਨੂੰ ਦੱਸਿਆ ਵੀ ਕਿ ਆਪਾਂ ਨੂੰ ਵੀ ਬੰਦਾ ਮਿਲਣਾ, ਬੰਦਾ ਸਮਝ ਲਓ ਹੈ ਉਹੀ ਬੰਦਾ, ਤੁਸੀਂ ਜਾਣਦੇ ਵੀ ਹੋ ਗਏ, ਐਸੀ ਗੱਲ ਨਹੀਂ ਹੈ ਅਤੇ ਅੱਗੇ ਜਿੱਥੇ ਵੀ ਖੜ੍ਹੇ ਉੱਥੇ ਤੁਹਾਨੂੰ ਮਿਲਵਾਵਾਂਗੇ ਜ਼ਰੂਰ। ਹਾਂਜੀ, ਟਾਈਮ ਹੋ ਗਿਆ ਜੀ 9:54 ਅਤੇ ਚੂਰੂ ਪਹੁੰਚਣ ਵਾਲੇ ਹਾਂ। ਪਿੱਛੇ ਰੁਕੇ ਸੀ ਬੰਦੇ ਨਾਲ, ਤੁਹਾਨੂੰ ਮਿਲਾ ਨਹੀਂ ਸਕੇ, ਅੱਗੇ ਜਿੱਥੇ ਖੜਾਂਗੇ ਅਤੇ ਅੱਗੇ ਚੱਲ ਕੇ ਤੁਹਾਨੂੰ ਮਿਲਾਉਂਦੇ ਹਾਂ, ਕਰਾਉਂਦੇ ਹਾਂ ਮੁਲਾਕਾਤ ਅਤੇ ਇੱਕ ਆਪਾਂ ਕਰਾਉਣੀ ਆ ਗੱਡੀ ਦੀ ਲੈਣ ਅਤੇ ਜੇ ਮੌਸਮ ਜਗਦੇ ਖੁੱਲ੍ਹੇ ਆ ਕਿਸ਼ਨਗੜ੍ਹ ਪਾਰ ਕਰਕੇ ਵਾਸ਼ਿੰਗ ਵੂਸ਼ਿੰਗ ਜੀ ਕਰਾ ਲਾਂਗੇ ਮਾੜੀ, ਬਾਕੀ ਮਿਲਦੇ ਹਾਂ ਚੱਲ ਕੇ ਤੁਹਾਨੂੰ ਆਪਾਂ ਜਿੱਥੇ ਵੀ ਹੁਣ ਖੜਾਂਗੇ ਅਤੇ ਵਿਊ ਦੇਖ ਸਕਦੇ ਹੋ ਤੁਸੀਂ। ਜਿਹੜਾ ਬੰਦਾ ਤੁਹਾਨੂੰ ਦੱਸਣਾ ਹੀ ਅਸੀਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਾਇਸ, ਅਤੇ ਭਾਅ ਜੀ ਮਿਲ ਗਿਆ, ਥੱਕਿਆ ਬਹੁਤ ਸੀਗਾ ਵਿਚਾਰਾ, ਸਵੇਰ ਦਾ ਸੁੱਤਾ ਉੱਠਿਆ ਹੀ ਹੋਣਿਆ, ਉਹਨਾਂ ਨੇ ਕਿਹੜੀ ਗੋਲੀ ਖਾ ਕੇ ਸੁੱਤਾ ਸੀ। ਅਤੇ ਆਹ ਬਾਈ ਆਪਣੇ ਨਾਲ ਆਇਆ ਵੀਰ ਦੇ ਨਾਲ, ਕਿਹੜੇ ਸ਼ਹਿਰੋਂ ਆਇਆ ਬਾਈ? ਇਹ ਯਮੁਨਾਨਗਰ ਇੰਟਰਵਿਊ ਦੀ ਮੇਰੀ ਆਪਣੀ ਯਮੁਨਾਨਗਰ ਕਹਾਂ ਸੇ ਆਇਆ? ਯਮੁਨਾਨਗਰ ਕਿਆ ਕਰਨੇ ਆਇਆ ਇੱਧਰ? ਆਪ ਕੋ ਕਿਸੇ ਨਾਲ ਆਏ ਹੈ ਘੁੰਮਣ ਨੂੰ? ਮਾਮਾ ਦੱਸ ਤਾਂ ਇਹ ਟੂਰਿਸਟ ਬੱਸ ਲੈ ਕੇ ਚੱਲੇ ਹਾਂ, ਇਹ ਬਾਈ ਆਹ ਟਰਾਲਾ ਚਲਾਉਂਦਾ ਆ, ਇੱਕ ਨੌਜਵਾਨ ਹੋਰ ਸੀਗਾ ਕਿੱਧਰ ਗਿਆ ਬਾਈ? ਬਹੁਤ ਹੈ ਹਮਾਰੇ ਪਾਸ। ਚਾਹ ਪੀਣ ਵਾਕਈ ਜ਼ਿਆਦਾ ਹੀ ਪਿਆਰ ਲੱਗਦਾ, ਪਾਓ ਯਾਰ ਇਹਨਾਂ ਨੂੰ ਕੁਛ ਗਿੰਦੇ, ਤੇਰੇ ਨਾਲ ਕੁਛ ਜ਼ਿਆਦਾ ਹੀ ਆ। ਕੀ ਨਾਮ ਉਹਦਾ? ਯੋਨੀ ਬਾਬਾ। ਇਹਨੂੰ ਪਾਓ ਯਾਰ ਕੁਛ। ਲਾਲਿਆ ਨਾ ਸੰਤਰੀ ਜੀ ਲੱਗਦੀ ਹੈ ਨਾ, ਸਪੈਸ਼ਲ ਬਣਵਾਈ ਆਪਾਂ।
थले ना आ जी। हो गया ब्लड वाली ब्लॉग। हाँ हो गया, बड़ा औखा आया। लो जी सूरज सामने तो ही देख सकते हो। टैंकर नवे आए ने है ना इन्हां कोले। लो जी हुण गिंदा चला के दिखाएगा तुहानू 12 टैरी ते गिंदे दा मालक कैवें लंगे पैरी। हां जी नहीं आ बूट पाया ब्राडा ने ओह कर भाजी फोटो खिच एदा एदा ही खिच रे एदा मैं सेंड कर दियो सर। गाइस ये हमारा ट्रक भी रेडी है, ये भी हमारा ट्रक रेडी है। आदमी हमारे दोस्त में बैठ गए हैं ना भाई। हम दो आदमी इसमें बैठेंगे। मैं सोऊंगा तो भाई सोना है। तो आगे रॉयल होटल पैलेस पे हम रुकेंगे जाके, वहाँ जाके हम चाय पियेंगे नरे भाई जी को चौधरी साहब के पास मिलाएंगे और आपको होटल भी दिखाएंगे। चलिए हाँ जी चलो गो। तो ये टाइम हो गया 7:40 ਤੇਹੀ ਪਹੁੰਚ ਗਿਆ ਹੋਟਲ ਰਾਇਲ ਪੈਲਸ। ਕਿਹੜੀ ਜਗ੍ਹਾ ਭਾਜੀ ਆ? ਕਿਹੜੀ ਜਗ੍ਹਾ? ਇਹ ਜਗ੍ਹਾ ਭਾਜੀ ਕਿਸ਼ਨਗੰਜ ਤੋਂ 20 ਕਿਲੋਮੀਟਰ ਪਿੱਛੇ। ਕਿਸ਼ਨਗੰਜ ਨਹੀਂ ਕਿਸ਼ਨਗੜ ਤੋਂ ਅੱਗੇ ਕਿਉਂ ਚਾਹ ਪਾਣੀ ਦਿੰਦੇ ਆ। ਹਾਂ ਰੋਟੀ ਦਿੰਦੇ ਨੂੰ ਭੇਜਦੇ ਆ ਟਾਈਮ ਨਾਲ ਘਰੇ, ਮਤਲਬ ਜਿੱਥੇ ਵੀ ਜਾ ਰਿਹਾ। ਮਮਾ ਮਮਾ ਕੀ ਕਹਿੰਦਾ ਨੂੰ मालक नाल भी मिला ਖਾਲੀ ਪੈਕਟ ਬਿਸਕੁਟ ਤੇ ਖਾ ਲਏ ਆਪਾਂ। ਸਹੀ ਗੱਲ ਬਈ ਤਾਂ ਖਾਦੇ ਹੀ 20 ਮਿੰਟ ਜੀ 20 ਕਰ ਖਾਵੇ ਬਈ ਕਿਹਨ ਕਹਿੰਦਾ 20 ਬਿਸਕੁਟ ਨਵੇਂ ਆ ਜੀ। ਹਾਂ ਤੇ ਇਧਰ ਬਾਈ ਦਾ ਨਾਮ ਕੀ ਭਾਊ ਭਾਊ ਦਮਾਲਾ ਬਾਲ ਲਿਆ ਮੰਮਾ ਗੁਰਦੁਆਰੇ ਆਇਆ ਉੱਥੇ ਜਾ ਕੇ ਭੋਜਨ ਬਣਨਾ ਨਾ ਹੋ ਜੇ ਤਾਂ ਡੰਡ ਲੱਗਦੀ ਜੀ। ਠੰਡ ਨੂੰ ਦੱਸੇ ਤੇ ਸ਼੍ਰੀਨਗਰ ਤੇ ਬੈਠਾ ਇਹ ਹੀ ਕਰਵਾ ਇਹ ਵੀ ਲੱਗਾ ਪੱਕੇ ਲੱਗਿਆ ਹਾਂ ਕੂਲਰ ਵੀ ਲੱਗਾ ਹੋਰ ਕੀ ਕਿਹਾ ਦੇ ਦਿੰਦਾ ਹੈ ਹੋਰ फील होगा लापा ले हाय गाइस मैं उठ गए अरे कर देना भाई उठ दे हैं फिर स्टाइल देखो ना अभी अपने मुंह भी नहीं धोया तू किने जाई उठ दे वीडियो बनाओ ऐ नहीं बनाने है मुंह धो के बनाई दी जा भाई सही है कोई भाई उन्होंने क्या है मुझे पानी। हेलो गाइस अभी हम उठे हैं मुंह नहीं धोया गड्डा मरी जाने के हाथ वाले गंदे जे अपने मुंह में धो गया है ना बंदा देखने में भी चंगा लगे ये सारा दिन हो गया। गाइस ए किसका गाड़ी पलट गया भाई ये गल्ला सच्ची ना है कोई झूठ नहीं लगदे ना ठीक है ते आपा जे मुंह तो ए बगैर फोन चाकी भी लईए ते अपनी शक्ल नहीं दिखाई दी भाई बल्ले मुंह नहीं पाया मुंह नहीं पाया कोई तां गल छगड़ा रहदे बिगड़े रहदी है ना ते ए बंदे बिच करदे आ नरने काल दे गाइस आने दा मुंह नहीं पाया तो आपने फोन क्यों खाया भाई तारो मेरे को बिलकुल सही गल दिखाई चीज दिखाओ बंदा देख के होटल बंदे आना काम मैं गारंटी दिना उस्ताद एक बंदा यह गल नहीं कहना मैंने गड्डी चलाए सानू दो फोन कर दे गड्डी चला आप माड़ी चीज नहीं दिखाई अं माड़ा काम करते नहीं भी
ਠੀਕ ਤਾਂ ਨਹੀਂ ਗੱਲ ਭਾਜੀ ਬਿਲਕੁਲ ਸਹੀ ਆ ਹਾਂ ਤੇ ਇਹ ਕਰਕੇ ਬਾਈ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਬਲੌਗ ਨਾ ਬਣਾਓ ਚੱਲ ਤੁਸੀਂ ਸਾਡੇ ਨਾਲ ਪੁਰਾਣੇ ਆ ਨਾ ਤੁਸੀਂ ਬਹੁਤ ਟਾਈਮ ਹੋਈ ਲੱਗੇ ਨੂੰ ਪਰ ਮਾੜੀ ਚੀਜ਼ ਨੂੰ ਨਾ ਉਹ ਕਰਿਆ ਕਰੋ ਉੱਪਰ ਦੇਖਦੇ ਨਾ ਭਾਜੀ ਪ੍ਰਮੋਟ ਨਾ ਕਰਿਆ ਕਰੋ ਚੰਗੀ ਚੀਜ਼ ਦਿਖਾਇਆ ਕਰੋ ਜਿਹੜੀ ਦਿਖਾਉਣ ਵਾਲੀ ਆ ਠੀਕ ਆ ਪੈਸੇ ਦਾ ਕੀ ਆ ਪੈਸਾ ਤਾਂ ਕੰਜਰਾ ਕੋਈ ਬਹੁਤ ਉਹਦੀ ਇੱਜ਼ਤ ਕੋਈ ਨਹੀਂ ਠੀਕ ਆ ਤੁਹਾਡਾ ਚੈਨਲ ਹੋ ਲਈਦਾ ਸਮਝਦਾਰ ਕੇ ਲਈ ਇਸ਼ਾਰਾ ਹੀ ਕਾਫੀ ਆ ਉੱਪਰ ਟਾਈਟਲ ਸਾਡੇ ਐਕਸੀਡੈਂਟ ਹੋ ਗਿਆ ਨੁਕਸਾਨ ਹੋ ਗਿਆ ਕਿਸੇ ਨੂੰ ਤੁਸੀਂ ਕਿਤੇ ਹੋਣਾ ਕਹਿੰਦੇ ਬਈ ਗੱਲ ਤੋਂ ਫਸੂ ਫੇਰ ਨਹੀਂ ਗੱਲ ਕਹਾਂ ਬਾਈ ਆਪਾਂ ਬਾਈ ਦੇਖ ਜਿਹੜੀ ਗੱਲ ਸੱਚੀ ਹੁੰਦੀ ਆ ਆਪਾਂ ਅਸੀਂ ਉਹੀ ਕਰੀਦੀ ਆ ਸਾਡਾ ਕੋਈ ਮਾੜਾ ਟਾਈਟਲ ਨਹੀਂ ਹੁੰਦਾ ਅੱਗੇ ਮੈਂ ਯਾਰ ਅਗਲੇ ਦੀ ਗੱਡੀ ਲੱਗੀ ਸਾਨੂੰ ਉਹਦੇ ਨਾਲ ਮਤਲਬ ਨਹੀਂ ਗਾ ਬਾਈ ਬਿਲਕੁਲ ਮੈਂ ਗੱਲ ਕਰੀ ਪਰਮਾਤਮਾ ਕਿਸੇ ਨਾਲ ਕਿਸੇ ਦੀ ਹੈਲਪ ਕਰੋ ਹਾਂ ਜਾਂਦੇ ਸਾਰ ਅਗਲੇ ਦੀ ਵੀਡੀਓ ਬਣਾ ਲਾ ਅਗਲੇ ਨੂੰ ਪੁੱਛੋ ਬਈ ਹਾਂ ਬਈ ਕਦੋਂ ਦਾ ਤੇਰਾ ਨੁਕਸਾਨ ਹੋਇਆ ਕੁਛ ਖਾਧਾ ਪੀਤਾ ਕਿ ਨਹੀਂ ਸਹੀ ਗੱਲ ਆ ਤੇ ਜੇ ਕੋਈ ਸਾਡੇ ਵਰਗਾ ਫਿਰ ਟੱਕਰ ਗਿਆ ਨਾ ਤੁਸੀਂ ਵੀਡੀਓ ਬਣਾਉਂਦੇ ਹੀ ਚੱਲ ਗਏ ਮੂੰਗਲਾ ਫਰਨਾ ਦੇ ਲੋ ਪੰਜਾਬੀ ਦਾ ਠੀਕ ਆ ਤਾਂ ਸ਼ਰਮ ਨਹੀਂ ਆਉਂਦੀ ਇਹ ਲੱਖੀ ਚੜੀ ਆਉਂ ਨਹੀਂ ਤੁਹਾਨੂੰ ਇਹ ਮਾਮਾ ਦਾ ਚਾਤੇ ਨਾਲ ਵੀਡੀਓ ਬਣਾਉਣ ਲੱਗ ਜਾਂਦੇ ਵੀਡੀਓ ਅਸੀਂ ਵੀ ਬਣਾਉਂਦੇ ਹਾਂ ਪਰ ਆਪਾਂ ਕਿਸੇ ਦਾ ਐਕਸੀਡੈਂਟ ਹੋਇਆ ਇਹ ਥੋੜ੍ਹੀ ਭਾਜੀ ਅੱਜ ਘੋੜਾ ਲੱਥਿਆ ਪਿਆ ਨਾ ਉੱਥੇ ਮੈਂ ਤੈਨੂੰ ਕਹਿਣਾ ਵੀ ਜਾਂ ਘੋੜਾ ਕਿੱਧਰ ਗਿਆ ਪ੍ਰੇਮਾ ਹੈ ਨਾ ਨਾਲੇ ਤੂੰ ਕਿਹਾ ਸਾਈਡ ਤੇ ਲਾਇਆ ਉਹਨੇ ਇੱਕ ਟਾਇਰ ਅੱਡੇ ਨੂੰ ਪੈਂਚਰ ਹੋਇਆ ਚਾਹੁੰਦੇ ਤਾਂ ਅਸੀਂ ਵੀ ਕਹਿ ਸਕਦੇ ਘੋੜਾ ਹੋਊਗਾ ਟੇਢਾ ਕਹਿ ਸਕਦੇ ਵੀ ਅਸੀਂ ਬਿਲਕੁਲ ਸਹੀ ਹੈ ਸਹੀ ਗੱਲ ਤਾਂ ਨਹੀਂ ਇਸ ਕਰਕੇ ਬਾਈ ਤੇ ਤੁਹਾਨੂੰ ਰਿਕਵੈਸਟ ਵੀ ਆ ਤੇ ਤੁਹਾਨੂੰ ਲਾਹਨਤਾਂ ਵੀ ਪਾਤੀਆਂ ਬਹੁਤ ਜ਼ਿਆਦੀਆਂ ਜਿਹੜਾ ਵੀਰ ਇਹ ਵੀਡੀਓ ਦੇਖ ਬਾਕੀ ਸਾਰਿਆਂ ਦਾ ਆਪਣਾ ਆਪਣਾ ਕੰਟੈਂਟ ਹੈ ਕੰਟੈਂਟ ਆ ਪਰ ਆ ਕੰਟੈਂਟ ਨਾ ਪਾਓ ਹਨਾ ਭਾਜੀ ਕਿ ਇਹ ਐਕਸੀਡੈਂਟ ਹੋ ਗਿਆ ਬਿਲਕੁਲ ਸਹੀ ਐਕਸੀਡੈਂਟ ਵਾਲੇ ਤਾਂ ਆਪਾਂ ਨਫ਼ਰਤ ਕਰਦੇ ਆ ਵੀਰੇ ਹੋਰ ਕਿਸੇ ਚੀਜ਼ ਤੋਂ ਨਫ਼ਰਤ ਵਧੀਆ ਵਧੀਆ ਚੀਜ਼ਾਂ ਦਿਖਾਓ ਬਈ ਲੋਕ ਹੋਰ ਆਣ ਇਸ ਕੰਮ 'ਚ ਹੋਰ ਆਉਣ ਤੇ ਇੱਜ਼ਤ ਵਧੇ ਫਿਰ ਤੁਸੀਂ ਐਕਸੀਡੈਂਟ ਦਿਖਾਉਂਦੇ ਆ ਆਰਟੀਓ ਪੈਸੇ ਲੈ ਗਿਆ ਫਲਾਨੇ ਨੇ ਐਂ ਕਰਤਾ ਆਰਟੀਓ ਦੀ ਕੀ ਜੋਬ ਦਾ ਪੈਸੇ ਲੈ ਅਗਲਾ ਅੱਜ ਮਗਰ ਦੀਪੜਾ ਲੈ ਕੇ ਆਇਆ ਸੀ ਸਾਡੇ ਹੱਥ ਦਾ ਆਇਆ ਕਿ ਨਹੀਂ ਆਇਆ ਬਿਲਕੁਲ ਆਇਆ ਠੀਕ ਆ ਤੇ ਤੁਸੀਂ ਮਾਮਾ ਹੈਗਾ ਆਰਟੀਓ ਪਤਾ ਨਹੀਂ ਤੁਹਾਨੂੰ ਕੁਛ ਕਹਿੰਦਾ ਵੀ ਆ ਕਿ ਨਹੀਂ ਤੁਸੀਂ ਪਹਿਲਾਂ ਡਰਾਮ ਨੇ ਪੁਲਿਸ ਵਾਲਿਆਂ ਨੇ ਲੱਫੜ ਮਾਰ ਲੱਫੜਾਂ ਵਾਲੇ ਕੰਮ ਨਹੀਂ ਆਪ ਕਰਦੇ ਹੋ ਕਹਿ ਭਾਜੀ ਚੱਲੀਆਂ ਤੇ ਚੱਲਦੇ ਆ ਰਹਿ ਤਾਂ ਨਹੀਂ ਗਈ ਕੋਈ ਗੱਲ ਬਾਕੀ ਦੋ ਸ਼ਬਦਾਂ ਸਿਆਣਾ ਵੀਰ ਕਹੂਗਾ ਦੱਸ ਭਾਜੀ ਜਿਹੜੇ ਬੰਦੇ ਟਾਈਟਲ ਲਾਉਂਦੇ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਸੁਚੇਤ ਕਰਕੇ ਨਹੀਂ ਲਾਉਣਾ ਚਾਹੀਦਾ ਨਹੀਂ ਲਾਣਾ ਚਾਹੀਦਾ ਗਲਤ ਗੱਲ ਮੇਰੇ ਵੀ ਦੇ ਦੋ ਉੱਧਰ ਦੇਖ ਭਰਾਵਾ ਖੜ ਜਾ ਤੂੰ